ਅਸਲ ਦੇ ਵਿੱਚ ਹੋਰਾਂ ਸਵਾਰੇ ਜਿਹੜਾ ਸੀ ਨਾ ਵਿਵਾਦ, ਕੋਈ ਵਿਵਾਦ ਨਹੀਂ ਸੀ ਇਹ, ਇਹ ਵਿਵਾਦ ਜਾਣ ਬੁੱਝ ਕੇ ਬਣਾਇਆ ਹੋਇਆ ਵਿਵਾਦ ਹੈ। ਇਹ ਲੋਕਾਂ ਨੂੰ ਸਭ ਪਿਛਲੇ ਵਕਤ ਸਭ ਪਤਾ ਸੀਗਾ ਕਿ ਧਰਮ ਦਾ ਵਿਸ਼ਾ ਕੀ ਹੈ। ਧਰਮ ਇੱਕ ਵਿਸ਼ਾ ਬਹੁਤ ਬੜਾ ਵਾਸਤ ਵਿਸ਼ਾ ਹੈ, ਜਿਵੇਂ ਡਾਕਟਰੀ ਇੱਕ ਵਿਸ਼ਾ ਹੈ, ਮਕੈਨੀਕਲ ਲਾਈਨ ਦਾ ਇੱਕ ਵਿਸ਼ਾ ਹੈ, ਤੇ ਹੋਰ ਵੱਖ ਵੱਖ ਵਿਸ਼ੇ ਨੇ, ਤੇ ਸਿਵਲ ਇੰਜੀਨੀਅਰ ਉਹ ਵੀ ਇੱਕ ਵਿਸ਼ਾ ਹੈ। ਇਵੇਂ ਇੱਕ ਧਰਮ ਵੱਖਰਾ ਵਿਸ਼ਾ ਹੈ, ਇਹਨਾਂ ਸਾਰਿਆਂ ਵਿਸ਼ਿਆਂ ਦੇ ਬਰਾਬਰ ਦਾ। ਉਹ ਨਿਰਾਕਾਰੀ ਦੁਨੀਆਂ ਦਾ ਵਿਸ਼ਾ ਹੈ, ਆਤਮਾ ਦੇ ਗਿਆਨ ਦੀ ਗੱਲ ਹੈ, ਆਤਮਾ ਲੈਵਲ ਦੀ ਗੱਲਾਂ ਨੇ ਇਹਦੇ ਵਿੱਚ। ਅਸੀਂ ਆਪਣੀ ਭਾਸ਼ਾ 'ਚ ਗੱਲਾਂ ਵੀ ਕਰਦੇ ਹਾਂ ਆਤਮਾ ਦੀਆਂ। ਹੁਣ ਉਸ ਵੇਲੇ ਸਿਰਫ ਇਹ ਜਿਹੜਾ ਦੋ ਗਰੁੱਪ ਹੋ ਗਏ ਸੀ, ਇੱਕ ਬੰਦਈ ਖਾਲਸਾ ਸੀ, ਇੱਕ ਤੱਤ ਖਾਲਸਾ ਸੀ। ਬੰਦਈ ਖਾਲਸਾ ਪ੍ਰਭਾਵਿਤ ਸੀਗਾ ਇਹਨਾਂ ਤੇ, ਹਿੰਦੂਆਂ ਤੇ, ਤੋਂ ਬੰਦਾ ਬਹਾਦਰ ਪਹਿਲਾਂ ਤੇ ਹਿੰਦੂ ਸੀ, ਬਾਅਦ ਦੇ ਵਿੱਚ ਵੀ ਜਿਹੜਾ ਅੰਮ੍ਰਿਤ ਛਕਾਏ ਦੀ ਗੱਲ ਕਰਦੇ ਨੇ ਇਹ ਵੀ ਗਲਤ ਹੁਣ ਕਰਨ ਲੱਗ ਗਏ, ਪਹਿਲਾਂ ਕਦੇ ਜ਼ਿਕਰੇ ਨਹੀਂ ਹੈ ਇਹਦਾ। ਇਹ ਗੱਲਾਂ ਲੋਕ ਬਾਅਦ ਚ ਝੂਠ ਬੋਲਣ ਲੱਗ ਗਏ, ਦੂਏ ਪਾਸੇ ਤੇ ਕੋਈ ਜਵਾਬ ਨਹੀਂ ਆਇਆ, ਝੂਠ 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 ਬੋਲੀ ਗਏ, ਬਹੁਤ ਸਾਰਾ ਝੂਠ ਬੋਲ ਦਿੱਤਾ ਗਿਆ ਸਿੱਖ ਧਰਮ ਦੇ ਵਿੱਚ। ਉਹ ਲੋਕਾਂ ਨੂੰ ਸੱਚ ਲੱਗਣ ਲੱਗ ਗਿਆ, ਜਦ ਹੁਣ ਉਹਦਾ ਪਤਾ ਲੱਗਿਆ ਵੀ ਝੂਠ ਹੈ, ਉਹਨੇ ਚੁੱਪ ਕਰ ਗਈ। ਏਦਾਂ ਹੁੰਦਾ ਹੀ ਹੁੰਦਾ। ਅਸਲ ਦੇ ਵਿੱਚ ਜਿਹੜਾ ਤ੍ਰਿਆ ਚਰਿੱਤਰ ਹੈ, ਇਹ ਇੱਕ ਧਰਮ, ਕੋਈ ਵੀ ਧਰਮ ਹੋਵੇ ਦੁਨੀਆਂ ਦਾ, ਸਾਰੇ ਧਰਮਾਂ ਦਾ ਇੱਕ ਵਿਸ਼ਾ ਹੈ, ਇਹ ਵੀ ਇੱਕ ਵਿਸ਼ਾ ਹੈ। ਕਿਉਂਕਿ ਦੁਨੀਆਂ ਦਾ ਪੂਰਾ ਗਿਆਨ ਹੈ, ਬ੍ਰਹਮ ਗਿਆਨ ਦੇ ਵਿੱਚ ਪੂਰਾ ਤਿੰਨ ਲੋਕ ਦਾ ਗਿਆਨ ਹੈ, ਤਿੰਨ ਲੋਕ ਤੇ ਬਾਹਰ ਦਾ ਵਿਸ਼ਾ ਨਹੀਂ ਹੈ ਤ੍ਰਿਆ ਚਰਿੱਤਰ। ਤਿੰਨ ਲੋਕ ਜੋ ਕੁਛ ਹੋ ਰਿਹਾ ਹੈ, ਜਿਵੇਂ ਪੁਲਿਸ ਹੈ, ਪੁਲਿਸ ਨੂੰ ਕ੍ਰਾਈਮ, ਹਰ ਕਿਸਮ ਦੇ ਕ੍ਰਾਈਮ ਦਾ, ਹਰ ਕਿਸਮ ਦੇ ਕ੍ਰਾਈਮ ਕਰਨ ਵਾਲੇ ਬੰਦਿਆਂ ਦੀ ਜਿਹੜੀ ਉਹਨਾਂ ਦੀ ਮੈਂਟੈਲਿਟੀ ਹੈ, ਉਹਦਾ ਗਿਆਨ ਹੋਣਾ ਚਾਹੀਦਾ। ਇਵੇਂ ਧਰਮ ਦੇ ਵਿੱਚ ਜਿਹੜਾ ਸੱਚ ਧਰਮ ਹੈ, ਉਹਨਾਂ ਨੂੰ ਝੂਠ ਧਰਮ, ਜਿਹੜਾ ਫਰੇਬ ਧਰਮ, ਕਪਟ ਧਰਮ ਲੋਕ ਨੇ, ਉਹਨਾਂ ਦੀ ਮੈਂਟੈਲਿਟੀ ਦਾ, ਹਰ ਕਿਸਮ ਦੀ ਮੈਂਟੈਲਿਟੀ ਦਾ ਗਿਆਨ ਹੋਣਾ ਚਾਹੀਦਾ। ਜਿਹੜੇ ਧਰਮ ਦੇ ਵਿੱਚ ਅਸੀਂ ਸਾਡੇ ਅਸੀਂ ਆਪਣੀ ਪਬਲਿਕ ਨੂੰ ਦੇਣਾ ਚਾਹੀਦਾ, ਤਾਂ ਕਿ ਬਹੁਤ ਛੇਤੀ ਪਛਾਣ ਲਵੇ ਪਬਲਿਕ ਵੀ ਇਹ ਸੱਚ ਧਰਮ ਹੈ, ਝੂਠ ਧਰਮ ਹੈ। ਝੂਠ ਧਰਮ ਬਹੁਤ ਜਿਹੜੇ ਨੇ ਬਹੁਤ ਜ਼ਿਆਦਾ ਕਿਸਮ ਦਾ ਹੁੰਦਾ ਹੈ, ਤੇ ਸੱਚ ਧਰਮ ਇੱਕੋ ਕਿਸਮ ਦਾ ਹੁੰਦਾ। ਸੱਚ ਧਰਮ ਦੀ ਡਿਊਟੀ ਹੈ ਕਿ ਝੂਠ, ਜਿੰਨੇ ਵੀ ਝੂਠ ਤੇ ਆਧਾਰਿਤ, ਕਪਟ ਤੇ ਆਧਾਰਿਤ, ਬੇਈਮਾਨੀ ਤੇ ਆਧਾਰਿਤ ਮਤਾਂ ਨੇ, ਲੋਕ ਨੇ, ਉਹਨਾਂ ਨੂੰ ਹਾਈਲਾਈਟ ਲੰਗਾ ਕਰਨਾ, ਪਬਲਿਕ ਨੂੰ ਸਮਝਾਉਣਾ ਵੀ ਇਹ ਅਸਲੀ ਧਰਮ ਨਹੀਂ ਹੈ। ਅਸਲ ਚ ਉਹਦੇ ਵਿੱਚ ਇਹੀ ਕੁਛ ਕੀਤਾ ਹੋਇਆ ਸੀ ਤ੍ਰਿਆ ਚਰਿੱਤਰ ਚ, ਧਰਮ ਦਾ ਹੀ ਹਿੱਸਾ ਉਹ ਲਾਸਟ ਵਿੱਚ ਲਿਆ ਹੋਇਆ। ਉਹ ਆਦ ਵਿੱਚ ਉਹਦੇ ਬਾਰੇ ਇਸ਼ਾਰੇ ਜ਼ਰੂਰ ਨੇ, ਪਰ ਆਦ ਦੇ ਵਿੱਚ ਇਸ ਤਰੀਕੇ ਨਾਲ ਡਿਸਕਸ ਨਹੀਂ ਕੀਤਾ ਗਿਆ ਜਿਸ ਤਰੀਕੇ ਨਾਲ ਦਸਵੀਂ ਚ ਕੀਤਾ ਗਿਆ। ਕਿਉਂਕਿ ਦਸਵੀਂ ਦੇ ਵਿੱਚ ਖਾਲਸਾ ਜਿਹੜਾ ਹੈਗਾ, ਉਹਨੂੰ ਗੁਰਿਆਈ ਦੀ ਜ਼ਿੰਮੇਵਾਰੀ ਹੈ ਪ੍ਰਚਾਰ ਦੀ। ਆਦ ਦੇ ਵਿੱਚ ਸਿਰਫ ਸਿੱਖੀ ਅਸੀਂ ਆਪਣੇ ਵਾਸਤੇ ਸਿੱਖਿਆ ਲੈਣੀ ਹੈ, ਆਦ ਵਿੱਚੋਂ ਸਿੱਖਿਆ ਪੂਰੀ ਕਰਕੇ ਦਸਵੀਂ ਦੇ ਆਧਾਰ ਤੇ ਸਿੱਖਿਆ ਦੇਣੀ ਹੈ। ਜਿਹਨੇ ਸਿੱਖਿਆ ਦੇਣੀ ਹੈ, ਸਿੱਖੀ ਦਾ ਪ੍ਰਚਾਰ ਕਰਨਾ, ਉਹਨੂੰ ਦਸਵੇਂ ਗ੍ਰੰਥ ਦੀ ਲੋੜ ਹੈ, ਬਾਕੀ ਦੂਏ ਨੂੰ ਲੋੜ ਹੀ ਨਹੀਂ ਕਿਸੇ ਦੀ। ਖਾਲਸੇ ਵਾਸਤੇ ਗ੍ਰੰਥ ਹੈ, ਇਸ ਕਰਕੇ ਖਾਲਸੇ ਦੀ ਉਤਪਤੀ ਦੋਹਾਂ ਗ੍ਰੰਥਾਂ ਚੋਂ ਹੋਈ ਹੋਈ ਹੈ, ਆਦ ਦਸਵੀਂ ਚੋਂ ਜਦ ਬਹੁਤ ਤਿਆਰ ਕੀਤੀ ਹੈ। ਸਿੱਖਾਂ ਵਾਸਤੇ ਸਿਰਫ ਆਦ ਗ੍ਰੰਥ ਹੈ, ਗੁਰਸਿੱਖਾਂ ਤੱਕ ਵੀ ਆਦ ਗ੍ਰੰਥ ਹੀ ਹੈ ਜਿਹੜੇ ਗੁਰਸਿੱਖ ਨੇ। ਆਦ ਗ੍ਰੰਥ ਤੱਕ ਸਿੱਖਾਂ ਤੋਂ ਗੁਰਸਿੱਖ ਬਣਾਉਣ ਵਾਸਤੇ ਆਦ ਦੀ ਬਾਣੀ ਹੈ, ਤੇ ਗੁਰਸਿੱਖ ਤੋਂ ਖਾਲਸਾ ਬਣਨ ਵਾਸਤੇ ਫਿਰ ਦਸਵੇਂ ਗ੍ਰੰਥ ਦੀ ਲੋੜ ਪੈਣੀ ਹੈ। ਅਸਲ ਦੀ ਗੱਲ ਇਹ ਹੈ, ਉਹਨੇ ਫਿਰ ਪ੍ਰਚਾਰ ਦੀ ਦਾ ਝੰਡਾ ਵਰਦਾਰ ਬਣਨਾ ਖਾਲਸੇ ਨੇ। ਖਾਲਸਾ ਮੇਰੋ ਸਤਿਗੁਰ ਪੂਰਾ ਕਿਹਾ ਹੀ ਹੋਇਆ, ਖਾਲਸਾ ਮੇਰੋ ਸੱਜਣ ਸੂਰਾ ਕਿਹਾ ਹੋਇਆ ਹੀ ਦਸਮ ਪਾਤਸ਼ਾਹ ਨੇ ਆਪੇ, ਖਾਲਸਾ ਮੇਰੋ ਬੁੱਧ ਔਰ ਗਿਆਨ। ਦੇਖੋ ਖਾਲਸਾ ਬੁੱਧ ਔਰ ਗਿਆਨ ਹੈ, ਖਾਲਸਾ ਬਿਲਕੁਲ ਵੀ ਸਰੀਰ ਨਾਲ ਕੋਈ ਉੱਤੋਂ ਉੱਠ ਗਿਆ, ਸਰੀਰ ਤੋਂ ਗਾਂਹ ਉੱਠ ਗਿਆ। ਤਾਂ ਉਸ ਵੇਲੇ ਇਹ ਸੀਗੇ ਤ੍ਰਿਆ ਚਰਿੱਤਰ ਨੂੰ ਅੱਡ ਰੱਖੋ ਸਿਰਫ ਨਾ ਇਹਦੇ ਨੂੰ ਵੱਖ ਕਰ ਦੋ ਤ੍ਰਿਆ ਚਰਿੱਤਰ ਦਾ ਪਾਰਟ। ਤ੍ਰਿਆ ਚਰਿੱਤਰ ਹੈ ਧਰਮ ਦਾ ਹੀ ਹੁਣ।
ਇਹ ਪਿੱਛੋਂ ਲੈ ਕੇ ਜਿਹੜਾ ਪਿਛਲਾ ਰਿਕਾਰਡ ਜੇ ਆਪਾਂ ਪਿਛਲੀਆਂ ਗੱਲਾਂ ਪੜ੍ਹੀਏ ਤਾਂ ਉੱਥੋਂ ਸਾਫ ਜ਼ਾਹਰ ਹੁੰਦਾ ਇਹੀ ਗੱਲ ਕਾਂਗਸ ਨਾਭਾ ਵੀ ਮੰਨਦਾ ਇਹਦੇ ਵਿੱਚ ਆਪਣੇ ਉਹਦੇ ਮਹਾਨ ਕੋਸ਼ ਦੇ ਵਿੱਚ ਇਹ ਤਾਂ ਕੋਈ ਵਿਸ਼ਾ ਹੀ ਨਹੀਂ ਹੋਇਆ ਕਿ ਦਸਵੇਂ ਪਾਤਸ਼ਾਹ ਦੀ ਬਣੀ ਹੋਏਗੀ ਇਹ ਹੁਣ ਇਹਨਾਂ ਲੋਕਾਂ ਨੇ ਇੰਨੇ ਜਦ ਆਮ ਪਬਲਿਕ ਨੂੰ ਗਿਆਨ ਨਹੀਂ ਰਿਹਾ ਇਹ ਲੋਕਾਂ ਨੇ ਪਤਾ ਨੀ ਕਿਉਂ ਸ਼ੁਰੂ ਕਰ ਲਿਆ ਅਕਾਲੀਆਂ ਨੇ ਮਿਲ ਕੇ ਇਹ ਬਾਅਦ ਦੀ ਗੱਲ ਹੈ ਚਲੋ ਹੁਣ ਤ੍ਰਿਆ ਜਨ ਤੱਕ ਕੋਈ ਇੰਨੀ ਔਖੀ ਗੱਲ ਨਹੀਂ ਸੀ ਪਿੱਛੇ ਜਿਹੜੇ ਹਿੰਦੂ ਨੇ ਉਹ ਵੀ ਜਿਹੜੇ ਤ੍ਰਿਆ ਚਿੰਤਨ ਪੜ੍ਹਦੇ ਨੇ ਕੋਈ ਦੁਨੀਆਂ ਦੇ ਜਿੰਨੇ ਧਰਮ ਨੇ ਉਹਨਾਂ ਧਰਮਾਂ ਨੇ ਕਦੇ ਕੰਡੈਮ ਨਹੀਂ ਕੀਤਾ ਦਸਮ ਪਾਤਸ਼ਾਹ ਨੂੰ ਨਾ ਦਸਮ ਪਾਤਸ਼ਾਹ ਦੇ ਗ੍ਰੰਥ ਨੂੰ ਇਹ ਜਿਹੜੇ ਲੋਕ ਕੰਡੈਮ ਕਰਦੇ ਨੇ ਅਸਲ ਦੇ ਵਿੱਚ ਇਹਨਾਂ ਦਾ ਕੁਛ ਹੋਰ ਕਾਰਨ ਉਹ ਕਾਰਨ ਦੱਸੇ ਹੋਏ ਨੇ ਆਪਣੇ ਇਹ ਦਸਮ ਪਾਤਸ਼ਾਹ ਨੇ ਇਹਨਾਂ ਦੇ ਐਂਟੀ ਸਿੱਖੀਜ਼ਮ ਲੋਬੀ ਸੀ ਐਂਟੀ ਸਿੱਖੀ ਗੁਰੂਆਂ ਵੇਲੇ ਵੀ ਐਂਟੀ ਰਹੇ ਨੇ ਹੁਣ ਵੀ ਐਂਟੀ ਨੇ ਉਹ ਉਦੋਂ ਨਾਲ ਰਲ ਗਏ ਸੀਗੇ ਜਦੋਂ ਲੜਾਈਆਂ ਜਦੋਂ ਮਿਸਲਾਂ ਬਣੀਆਂ ਨੇ ਉਦੋਂ ਵੀ ਇਹਨਾਂ ਨੂੰ ਨਾਲ ਤਲ ਲਾਇਆ ਸੀ ਬਦਲਾ ਲੈਣ ਵਾਸਤੇ ਬਾਅਦ ਚ ਕਹਿੰਦੇ ਅਸੀਂ ਤਾਂ ਰਾਜ ਕਰਨਾ ਰਾਜ ਕਰਨਾ ਖਾਲਸੇ ਨੇ ਰਾਜ ਕੀਤਾ ਨੀ ਇਹਨਾਂ ਨੇ ਰਾਜ ਕੀਤਾ ਇਸ ਕਰਕੇ ਰਾਜ ਕਰੇਗਾ ਖਾਲਸਾ ਉੱਥੋਂ ਇਹ ਵੱਖ ਹੁੰਦੇ ਹੁੰਦੇ ਵੱਖ ਹੁੰਦੇ ਹੁੰਦੇ ਵੱਖ ਹੁੰਦੇ ਦੂਰ ਦੂਰ ਚਲੇ ਗਏ ਦਸ ਵਾਰਾਂ ਦੀ ਬਾਣੀ ਬਿਲਕੁਲ ਰਾਜ ਕਰਨ ਦੇ ਖਿਲਾਫ ਹੈ ਐਗਜੈਕਟਲੀ ਸਿੱਧੀ ਭਾਸ਼ਾ ਵਿੱਚ ਹੈ ਉਹਨੂੰ ਤੋੜਿਆ ਮਰੋੜਿਆ ਵੀ ਨਹੀਂ ਜਾ ਸਕਦਾ ਉਹ ਤੋਂ ਇਹ ਇਹ ਕਹਿਣ ਲੱਗੇ ਨੇ ਦਸ ਵਾਰਾਂ ਤੋਂ ਬਣਨੀ ਹੋਈ ਨਹੀਂ ਹੈ ਇਹ ਲੋਕ ਮੂਲ ਰੂਪ ਚ ਮਾਇਆਧਾਰੀ ਨੇ ਨਾ ਇਹ ਆਦ ਨੂੰ ਮੰਨਦੇ ਨੇ ਨਾ ਦਸੂ ਨੂੰ ਆਦ ਦੇ ਵੀ ਜਿਹੜੇ ਅਰਥ ਕਰਦੇ ਨੇ ਇਹਨਾਂ ਕੋਲ ਹੈਗੇ ਨੇ ਉਹ ਵੀ ਤਾਂ ਗਲਤ ਨੇ ਹੁਣ ਇਹ ਮੰਨ ਵੀ ਗਏ ਵੀ ਗਲਤ ਨੇ ਹੁਣ ਇਹ ਵੀ ਮੰਨ ਗਏ ਵੀ ਅਸੀਂ ਪ੍ਰਚਾਰ ਇਹ ਗਲਤ ਕੀਤਾ ਜਾਂ ਗਲਤ ਪ੍ਰਚਾਰ ਕੀਤਾ ਤੁਸੀਂ ਆਦ ਦੀ ਬਾਣੀ ਦਾ ਤੇ ਤੁਸੀਂ ਉਹ ਗਲਤ ਪ੍ਰਚਾਰ ਦੀ ਐਨਕ ਨਾਲ ਗਲਤ ਐਨਕ ਨਾਲ ਦਸਮ ਨੂੰ ਕਿਵੇਂ ਤੁਸੀਂ ਦੇਖ ਲਿਆ ਵੀ ਇਹ ਗਲਤ ਹੈ ਉਹ ਤੁਹਾਨੂੰ ਠੀਕ ਵੀ ਗਲਤ ਲੱਗਣ ਲੱਗ ਗਿਆ ਜਾਂ ਤੁਹਾਡੇ ਐਨਕ ਗਲਤ ਲਾਈ ਹੋਈ ਹੈ ਪਰ ਅੱਜ ਦੋ ਗੱਲਾਂ ਹੁਣ ਨੇ ਹੋਰ ਕਿਸੇ ਵੀ ਬੰਦੇ ਨੇ ਕਿਸੇ ਵੀ ਸੰਸਥਾ ਨੇ ਹਿੰਦੂਆਂ ਨੇ ਵੀ ਕਦੇ ਨੀ ਕਿਹਾ ਦਸਮ ਗ੍ਰੰਥ ਕੋਈ ਐਸਾ ਗ੍ਰੰਥ ਹੈ ਜਿਹਨੂੰ ਅਸ਼ਲੀਲ ਅਸੀਂ ਕਹਿ ਸਕੀਏ ਅਸ਼ਲੀਲ ਹੋਵੇ ਉਹੀਆਂ ਗੱਲਾਂ ਤਾਂ ਆਦਿ ਵਿੱਚ ਵੀ ਬਹੁਤ ਆਈਆਂ ਹੋਈਆਂ ਨੇ ਉਹ ਵੀ ਮੰਨਦੇ ਨੇ ਹੈਗੀ ਉਮੀਦ ਪਰ ਚਲੋ ਅੱਜ ਜਿਹੜਾ ਸਾਡੇ ਸਾਹਮਣੇ ਹੁਣ ਦੋ ਗੱਲਾਂ ਹੋਈਆਂ ਇੱਕ ਤਾਂ ਜ਼ਿਆਦਾ ਮੈਂ ਗਿਆ ਇੱਥੇ ਪਟਨਾ ਸਾਹਿਬ 350 ਸਾਲਾਂ ਦਾ ਬੁਲਾਉਣਾ ਸੀ ਇਹਨਾਂ ਨੇ ਦਸਮ ਪਾਤਸ਼ਾਹ ਦਾ ਉਦੋਂ ਬੁਲਾਇਆ ਸੀ ਇਸ ਕਰਕੇ ਕਿ ਬਈ ਅਸੀਂ ਕਿਵੇਂ ਮਨਾਈਏ ਰਾਇ ਲੈਣ ਵਾਸਤੇ ਕੀ ਕਰਨਾ ਚਾਹੀਦਾ ਸਲਾਹ ਕਰਨ ਵਾਸਤੇ ਉਦੋਂ ਗਏ ਸੀ ਉਦੋਂ ਬਾਅਦ ਉਦੋਂ ਵੀ ਜਿਹੜਾ ਸਮਾਪਨ ਭਾਸ਼ਣ ਸੀ ਦੂਏ ਦਿਨ ਦਾ ਉਹਦੇ ਵਿੱਚ ਜਿਹੜੇ ਅੱਜ ਸਾਡੇ ਰਾਸ਼ਟਰਪਤੀ ਨੇ ਉਹ ਉਦੋਂ ਗਵਰਨਰ ਵੀ ਉੱਥੇ ਬਿਹਾਰ ਦੇ ਉਹਨਾਂ ਦਾ ਭਾਸ਼ਣ ਮੈਂ ਸੁਣਿਆ ਸੀ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਬਈ ਬਲਕਿ ਦਸਮ ਪਾਤਸ਼ਾਹ ਦਾ ਕੋਟ ਵੀ ਕੀਤਾ ਉਹਨਾਂ ਨੇ ਬਾਣੀ ਕਹਿ ਕੇ ਉਹਨਾਂ ਨੇ ਬੜੇ ਯਾਨੀ ਇੱਕ ਵਿਸ਼ਵਾਸ ਨਾਲ ਗੱਲ ਕਹੀ ਬੜੇ ਫਖਰ ਨਾਲ ਵੀ ਗੱਲ ਕਹੀ ਬਈ ਕੌਣ ਕਹਿੰਦਾ ਦਸਮ ਪਾਤਸ਼ਾਹ ਕੱਲਾ ਸਿੱਖਾਂ ਦਾ ਔਰ ਗ੍ਰੰਥ ਸਿੱਖਾਂ ਦਾ ਇੰਡੀਆ ਦਾ ਇਹ ਸਾਰੇ ਸਾਰੀ ਵਰਲਡ ਦਾ ਧਰਮ ਹੈ ਜਿਹੜਾ ਇਹਦੇ ਦਸਮ ਗ੍ਰੰਥ ਲਿਖਿਆ ਹੈ ਸਾਰੀ ਵਰਲਡ ਦਾ ਹੀ ਇਹ ਗ੍ਰੰਥ ਹੈ ਸਾਰੀ ਵਰਲਡ ਦਾ ਹੀ ਦਸਮ ਪਾਤਸ਼ਾਹ ਅੱਜ ਹੁਣ ਥੋੜੇ ਦਿਨ ਪਹਿਲਾਂ ਆਪਣੇ ਕੋਲ ਜਿਹੜੀ ਆਈ ਹੈ ਸਾਡੇ ਰਿਟਾਇਰ ਹੋਏ ਨੇ ਆਪਣੇ ਚੀਫ ਜਸਟਿਸ ਖੇਰ ਸਾਹਿਬ ਉਹਨਾਂ ਕੋਲ ਵੀ ਮੈਨੂੰ ਪਤਾ ਹੈ ਵੀ ਉਹਨਾਂ ਨੇ ਉਹ ਗੁਰਲੀਨ ਕੌਰ ਵਾਲਾ ਕੇਸ ਸੁਣਿਆ ਸੀ ਸਿੱਖੀ ਬਾਰੇ ਰੋਮਾ ਦੀ ਬੇਅਦਬੀ ਦਾ ਹੋਰ ਉਹਨਾਂ ਨੂੰ ਵੀ ਸਟੱਡੀ ਕਰਨੀ ਪਈ ਹੋਊ ਉਹਨਾਂ ਦਿਨਾਂ ਦੇ ਵਿੱਚ ਗੁਰਮਤਿ ਹਾਲਾਂਕਿ ਉਹਨਾਂ ਦਾ ਵਿਸ਼ਾ ਤਾਂ ਚਲੋ ਬਤੌਰ ਸਿੱਖ ਉਹਨਾਂ ਦਾ ਵਿਸ਼ਾ ਬਣਦਾ ਸਟੱਡੀ ਕਰਨ ਦਾ ਉਹਨਾਂ ਨੇ ਵੀ ਬੜੇ ਕਲੀਅਰ ਤਰੀਕੇ ਨਾਲ ਕਿਹਾ ਬਈ ਜਿਹੜੀ ਇਹ ਚੰਡੀ ਦੀ ਵਾਰ ਬਾਰੇ ਦਸਮ ਗ੍ਰੰਥ ਬਾਰੇ ਉਹਨਾਂ ਜਿਹੜਾ ਪਿੱਛੇ ਜਫਰਨਾਮੇ ਬਾਰੇ ਉਹ ਤੋਂ ਦੱਸ ਕੇ ਕਿਹਾ ਕਲੀਅਰ ਕੀਤਾ
ਕਿ ਦਸਮ ਪਾਤਸ਼ਾਹ ਦਾ ਗ੍ਰੰਥ ਹੈ, ਦਸਮ ਪਾਤਸ਼ਾਹ ਦਾ ਜਿਹੜਾ ਜੁਝਾਰੂ ਸਰੂਪ ਹੈ, ਜੁਝਾਰੂ ਸਰੂਪ ਹੈ ਸਾਡੇ ਕੋਲ, ਉਹ ਕਿਸੇ ਲਾਲਚ ਵਾਸਤੇ, ਸਵਾਰਥ ਵਾਸਤੇ, ਕੋਈ ਦੁਨਿਆਵੀ ਜ਼ਮੀਨ ਦੇ ਟੁਕੜੇ ਵਾਸਤੇ, ਕੋਈ ਹੀਰੇ ਜਵਾਹਰਾਤ ਵਾਸਤੇ, ਦੌਲਤ ਵਾਸਤੇ ਉਹਨਾਂ ਦੀ ਕੋਈ ਲੜਾਈ ਨਹੀਂ ਸੀ। ਉਹਨਾਂ ਦਾ ਸਰੂਪ ਤਾਂ ਸਿਰਫ ਸੱਚ ਧਰਮ ਨੂੰ ਬਚਾਉਣ ਵਾਸਤੇ ਸੀ, ਜਿਹੜਾ ਕਿ ਸਾਰਾ ਇੱਕੋ ਹੀ ਧਰਮ ਹੈ ਦੁਨੀਆਂ ਦਾ, ਸੱਚ ਧਰਮ ਵਰਲਡ ਦਾ, ਉਹਨੂੰ ਬਚਾਉਣ ਵਾਸਤੇ ਸੀ। ਤਾਂ ਉਹਨਾਂ ਨੇ ਆਪਣਾ ਸਭ ਕੁਛ ਕੁਰਬਾਨ ਕਰ ਦਿੱਤਾ, ਆਪਣਾ ਪਿਤਾ ਤੱਕ ਵੀ ਕੁਰਬਾਨ ਕੀਤਾ, ਉਹ ਵੀ ਸੱਚ ਵੀ ਕੁਰਬਾਨ ਹੋਏ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਜ਼ਰੂਰੀ ਸੀ, ਸਾਰੀਆਂ ਸੱਚ ਵਾਸਤੇ ਹੋਈਆਂ ਨੇ। ਝੂਠ ਜਿਹੜੇ ਧਰਮ ਵਾਲੇ ਪ੍ਰਚਾਰਕ ਹੁੰਦੇ ਨੇ, ਪ੍ਰਚਾਰ ਕਰਨ ਵਾਲੇ ਹੁੰਦੇ ਨੇ, ਜਿਵੇਂ ਹੁਣ ਮੰਦਰ ਬਣੇ ਹੋਏ ਨੇ, ਹੋਰ ਅੱਜ ਗੁਰਦੁਆਰਿਆਂ ਚ ਵੀ ਉਹੀ ਹਾਲ ਹੈ। ਇਹ ਝੂਠ ਸੱਚ ਧਰਮ ਇਹਨਾਂ ਨੂੰ ਫਿੱਟ ਨਹੀਂ ਆਉਂਦਾ ਹੁੰਦਾ, ਇਹ ਉਹਦਾ ਵਿਰੋਧ ਕਰਦੇ ਹੁੰਦੇ ਨੇ। ਉਹ ਵਿਰੋਧ ਕਰਦੇ ਸੀ, ਹਕੂਮਤ ਨੂੰ ਵੀ ਨਾਲ ਲਾ ਲੈਂਦੇ ਨੇ। ਅੱਜ ਤਾਂ ਹਕੂਮਤਾਂ ਸਜੋ ਸੱਚ ਧਰਮ ਦੇ ਨਾਲ ਨੇ, ਅੰਦਰ ਖਾਨੇ ਚਾਹੇ ਝੂਠ ਦੇ ਨਾਲ ਵੀ ਹੋਣ, ਪਰ ਦਿਖਾਵੇ ਚ ਸੱਚ ਧਰਮ ਨਾਲ ਨੇ। ਅੱਜ ਉਹਨਾਂ ਨੂੰ ਸਿੱਧੇ ਤੌਰ ਤੇ ਅਟੈਕ ਨਹੀਂ ਕੋਈ ਕਰ ਸਕਦਾ ਸੱਚ ਤੇ, ਹੋਰ ਹਾਂ ਉਹ ਟੇਢੇ ਬਿੰਦੇ ਤਰੀਕੇ ਨਾਲ ਕਰਦੇ ਨੇ, ਚਲੋ ਉਹ ਸਿਆਸਤ ਹੈ ਉਹਨਾਂ ਦੀ, ਉਹ ਕਰਦੇ ਰਹਿਣ। ਪਰ ਅੱਜ ਵੀ ਜਿਹੜੇ ਲੋਕ ਇਹਨੂੰ ਤੋੜ ਮਰੋੜ ਕੇ ਪੇਸ਼ ਕਰਦੇ ਨੇ ਗੁਰਬਾਣੀ ਨੂੰ, ਅੱਜ ਵੀ ਅੜੇ ਹੋਏ ਨੇ, ਉਹਨਾਂ ਨੂੰ ਕਮ ਸੇ ਕਮ ਇਹ ਉਹਨਾਂ ਦੇ ਮੂੰਹ ਤੇ ਸਮਝ ਲਓ ਇੱਕ ਚਪੇੜ ਹੈ ਕਿ ਐਡਾ ਬੜਾ ਸਾਡੇ ਰੁਤਬੇ ਤੇ ਬੈਠੇ ਹੋਏ ਇੱਕ ਹੋਵੇ ਸਿੱਖੀ ਦਾ ਸਿੱਖ ਜਸਟਿਸ ਰਿਟਾਇਰ ਹੋਵੇ, ਉਹ ਮੰਨੇ ਵੀ ਹਾਂ ਧਰਮ ਇਹ ਗ੍ਰੰਥ ਬਿਲਕੁਲ ਠੀਕ ਹੈ ਔਰ ਸਿੱਖਿਆ ਦਾਇਕ ਹੈ, ਧਰਮ ਦਾ ਗ੍ਰੰਥ ਹੈ ਇਹ, ਸੱਚ ਧਰਮ ਦਾ ਗ੍ਰੰਥ ਹੈ, ਔਰ ਰਾਸ਼ਟਰਪਤੀ ਵੀ ਮੰਨੇ। ਦੋ ਵੱਡੀਆਂ ਜਿਹੜੀਆਂ ਸਭ ਤੋਂ ਵੱਡੀਆਂ ਪੋਸਟਾਂ, ਇੱਕ ਰਾਸ਼ਟਰਪਤੀ ਦੀ ਪੋਸਟ ਸਭ ਤੋਂ ਵੱਡੀ ਹੈ, ਇੱਕ ਚੀਫ ਜਸਟਿਸ ਦੀ ਪੋਸਟ ਵੱਡੀ ਹੈ। ਹਾਲਾਂਕਿ ਰਾਸ਼ਟਰਪਤੀ ਤਾਂ ਚਲੋ ਹੈ ਵੀ ਉਹ ਹਿੰਦੂ ਪਰਿਵਾਰਾਂ ਚੋਂ ਆਇਆ ਹੋਇਆ, ਪਰ ਅਸੀਂ ਤਾਂ ਹਿੰਦੂ ਮੰਨਦੇ ਹੀ, ਅਸੀਂ ਤਾਂ ਸਭ ਨੂੰ ਜਿਹੜਾ ਸੱਚ ਨੂੰ ਮੰਨਦਾ ਸਿੱਖ ਹੈ, ਸਾਰੇ ਸਿੱਖ ਨੇ ਇਹ ਕਹਿੰਦੇ ਹੋਣਗੇ ਹਿੰਦੂ, ਅਸੀਂ ਤਾਂ ਮੰਨਦੇ ਨੀ ਹਿੰਦੂ। ਹਿੰਦੂ ਉਹ ਹੁੰਦਾ ਜਿਹੜਾ ਸੱਚ ਨੂੰ ਨਾ ਮੰਨੇ, ਜਿਹੜਾ ਸੱਚ ਨੂੰ ਮੰਨਦਾ ਹੈ, ਸੱਚ ਤੋਂ ਡਿਨਾਈ ਨਹੀਂ ਕਰਦਾ, ਉਹ ਹਿੰਦੂ ਨਹੀਂ ਉਹ ਸਿੱਖ ਹੈ। ਕੇਸਾਂ ਨਾਲ ਨਾਮ ਕੇਸ ਰੱਖਣ ਨਾਲ ਕੋਈ ਸੰਬੰਧ ਨਹੀਂ ਸਿੱਖੀ ਦਾ, ਇਹ ਇਹਨਾਂ ਦਾ ਪਾਇਆ ਹੋਇਆ ਜਿਹੜੇ ਝੂਠੇ ਨੇ, ਝੂਠੇ ਸਿੱਖ ਬਣੇ ਨੇ ਆਪਣੇ ਆਪ, ਵੀ ਕੇਸ ਨੇ ਤਾਂ ਸਿੱਖ ਹੈ, ਨਹੀਂ ਕੇਸ ਤਾਂ ਸਿੱਖ ਹੈ ਨਹੀਂ, ਇਹ ਸਿੱਖ ਹੈ ਨਹੀਂ ਕੇਸ ਰੱਖੇ ਹੋਏ ਨੇ। ਇਸ ਕਰਕੇ ਇਹ ਕੋਈ ਝਗੜਾ ਨਹੀਂ ਹੁਣ ਰਹਿ ਜਾਂਦਾ। ਹੁਣ ਇਹ ਤਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਕਿ ਐਡੇ ਐਡੇ ਦੋ ਬੰਦੇ ਐਡੇ ਐਡੇ ਲੈਵਲ ਤੇ ਜਿਹੜੇ ਲੋਕ ਬੋਲਦੇ ਨੇ, ਹੁਣ ਫੈਸਲੇ ਫਿਰ ਉਹ ਬੋਲਦੇ ਜਾ ਕੇ ਯੂਨੀਵਰਸਿਟੀ ਵਿੱਚ, ਬ੍ਰਿਮਲਿਨ ਦੇ ਵਿੱਚ ਜਾ ਕੇ ਬੋਲਦੇ ਨੇ, ਇੰਗਲੈਂਡ ਦੇ ਵਿੱਚ, ਉੱਥੇ ਵੀ ਵੱਡੇ ਵੱਡੇ ਸਕਾਲਰ ਹੋਣੇ ਨੇ, ਉਹਨਾਂ ਨੇ ਸਾਲ ਭਰ ਦਸਮ ਪਾਤਸ਼ਾਹ ਦਾ ਹੀ ਉਹ ਫੰਕਸ਼ਨ 350 ਸਾਲਾ ਮਨਾਇਆ, ਆਖਰੀ ਜਿਹੜਾ ਸੀ ਫੰਕਸ਼ਨ ਉਹਦੇ ਵਿੱਚ ਇਹਨਾਂ ਨੂੰ ਸੱਦਿਆ ਸੀ, ਤੇ ਉੱਥੋਂ ਰਿਜ਼ਲਟ ਨਿਕਲ ਕੇ ਆਇਆ ਕਿ ਦਸਮ ਗ੍ਰੰਥ ਦਸਮ ਪਾਤਸ਼ਾਹ ਦਾ ਗ੍ਰੰਥ ਹੈ, ਪਰ ਇਹ ਸਾਰਾ ਹੀ ਪਰਮਾਰਥ ਤੇ ਆਧਾਰਿਤ ਹੈ, ਸਾਰਾ ਪਰਮਾਰਥ ਹੈ, ਸੱਚ ਧਰਮ ਤੇ ਆਧਾਰਿਤ ਹੈ, ਇਹ ਉਹ ਧਰਮ ਹੈ ਜਿਹੜਾ ਅੱਜ ਦੁਨੀਆਂ ਨੂੰ ਅਗਵਾਈ ਦੇ ਸਕਦਾ ਸਾਰੀ ਨੂੰ। ਤੇ ਉਹਦੇ ਬਾਅਦ ਵੀ ਜੇ ਹੁਣ ਸ਼੍ਰੋਮਣੀ ਕਮੇਟੀ ਇਹ ਗੱਲ ਨੂੰ ਛੇਤੀ ਐਕਸ਼ਨ ਚ ਨਹੀਂ ਆਉਂਦੀ, ਸਿੱਖ ਐਕਸ਼ਨ ਦੇ ਵਿੱਚ ਨਹੀਂ ਆਉਂਦੇ, ਇਹਦਾ ਮਤਲਬ ਹੈ ਫਿਰ ਲੇਟ ਹੋ ਜਾਣਗੇ, ਇਹ ਦੁਨੀਆਂ ਵੱਲ ਦੇਖ ਰਹੀ ਹੈ, ਫਿਰ ਇਹਨਾਂ ਨੂੰ ਔਖਾ ਹੋਜੂ ਇਹ ਮੰਨਣਾ, ਦੁਨੀਆਂ ਨੂੰ ਇਹ ਸਾਬਤ ਕਰਨਾ ਕਿ ਅਸੀਂ ਸਿੱਖਾਂ ਗੁਰੂ ਦੇ ਗੁਰੂ ਵਾਲੇ ਹਾਂ, ਨਹੀਂ ਤਾਂ ਐਂਟੀ ਗੁਰੂ ਸੀ, ਤੁਹਾਡੀ ਐਂਟੀ ਗੁਰੂ ਲਾਬੀ ਸੀ, ਐਂਟੀ ਗੁਰਮਤ ਲਾਬੀ ਦੇ ਵਿੱਚ ਤੁਸੀਂ ਸ਼ੁਮਾਰ ਹੋ ਜਾਓਗੇ। ਔਰ ਹੁਣ ਇਹ ਵੀ ਚਾਹੀਦੇ ਹੋ ਜੇ ਹੁਣ ਤੁਸੀਂ ਡਿਲੇ ਕਰੋਗੇ, ਵੈਸੇ ਤਾਂ ਮੰਨ ਲਿਆ ਸ਼੍ਰੋਮਣੀ ਕਮੇਟੀ ਨੇ ਵੀ ਜੋ ਪਿੱਛੇ ਪ੍ਰਚਾਰ ਹੋਇਆ ਗਲਤ ਹੋਇਆ, ਬੜੀ ਚੰਗੀ ਗੱਲ ਮੰਨ ਲਿਆ ਉਹਨਾਂ ਨੇ, ਸ਼ਾਬਾਸ਼ ਹੈ ਉਹਨਾਂ ਦੀ, ਮੰਨ ਲਿਆ ਸੀ ਪਹਿਲਾਂ ਵੀ ਕਿਹਾ, ਪਰ ਇਹ ਹੁਣ ਉਹਨਾਂ ਨੂੰ ਖੁੱਲ ਕੇ ਮੂਹਰੇ ਆਉਣਾ ਚਾਹੀਦਾ, ਜਿਵੇਂ ਖੈਰ ਸਾਹਿਬ ਖੁੱਲ ਕੇ ਆਏ ਨੇ, ਸਾਰੀ ਗੱਲ ਉਹਨੂੰ ਧਰਮ ਕਲੀਅਰ ਹੋ ਗਿਆ, ਤੇ ਸਾਨੂੰ ਕਿਉਂ ਨਹੀਂ ਹੋ ਸਕਦਾ, ਸਾਨੂੰ ਕਿਉਂ ਨਹੀਂ ਹੋ ਸਕਦਾ? ਅਸਲ ਦੇ ਵਿੱਚ ਸਾਡਾ ਅੰਦਰ ਜਿਹੜਾ ਹੈ ਉਹ ਚ ਕੋਈ ਕਮੀ ਨਹੀਂ ਹੈ, ਸਾਡੇ ਅੰਦਰ ਇਮਾਨ ਨਹੀਂ ਹੈ ਸਾਡੇ ਅੰਦਰ, ਜੇ ਕੋਈ ਇਮਾਨਦਾਰੀ ਨਾ ਪੜੇ ਤਾਂ ਗੱਲ ਹੋਰ ਹੈ,
ਜੇ ਪਹਿਲਾਂ ਹੀ ਬੇਈਮਾਨੀ ਰੱਖ ਕੇ ਪੜ੍ਹੇ ਤਾਂ ਉਹ ਗੱਲ ਹੋਰ ਹੈ। ਇਹਨਾਂ ਨੇ ਐਡੇ ਬੜੇ ਪੋਸਟ ਤੇ ਆਦਮੀ ਬੈਠਾ ਹੋਵੇ, ਪਹਿਲੀ ਤਾਂ ਗੱਲ ਇਹ ਹੈ ਜੇ ਇਮਾਨਦਾਰ ਆਦਮੀ ਨਾ ਹੋਵੇ ਤਾਂ ਐਡੀ ਵੱਡੀ ਪੋਸਟ ਤੇ ਗਾਹ ਜਾ ਨਹੀਂ ਸਕਦਾ। ਉਹ ਐਡੀ ਬੜੀ ਪੋਸਟ ਤੇ ਕੋਈ ਜਾਣ ਵਾਸਤੇ ਉਹਨੂੰ ਉਹਦਾ ਇਮਾਨਦਾਰ ਹੋਣਾ ਹੁੰਦਾ ਹੀ ਜ਼ਰੂਰੀ ਹੈ। ਜਿਹੜਾ ਥੱਲੇ ਤੇ ਇਮਾਨਦਾਰ ਨਾ ਹੋਵੇ ਉਹਨੂੰ ਗਾਹਾਂ ਆਉਣੇ ਨਹੀਂ ਦਿੰਦੇ ਹੁੰਦੇ ਕੋਈ। ਇਹ ਤਾਂ ਉਹ ਤੇ ਕੋਈ ਸਰਟੀਫਿਕੇਟ ਇਮਾਨਦਾਰੀ ਦਾ ਤਾਂ ਇਸ ਕਰਕੇ ਹੀ ਹੋ ਜਾਂਦਾ ਕਿ ਉਹ ਚੀਫ ਜਸਟਿਸ ਦੇ ਉਹਦੇ ਤੱਕ ਪਹੁੰਚ ਗਏ। ਫਿਰ ਪੜਿਆ ਉਹਨਾਂ ਨੇ, ਸਮਝਿਆ ਉਹਨਾਂ ਨੇ, ਜੇ ਉਹਨਾਂ ਨੂੰ ਸਮਝ ਆ ਸਕਦੀ ਹੈ ਸਾਨੂੰ ਕਿ ਨਹੀਂ ਸਮਝ ਆ ਸਕਦੀ। ਜਿਹੜੇ ਕਹਿੰਦੇ ਨੇ ਅਸੀਂ ਹਰ ਵਕਤ ਗੁਰਬਾਣੀ ਦੇ ਵਿੱਚ ਹੀ ਜੁੜੇ ਰਹਿੰਦੇ ਹਾਂ 24 ਘੰਟੇ, ਉਹ ਅਸਲ ਦੇ ਵਿੱਚ ਬੇਈਮਾਨੀ ਨਾਲ ਪੜ੍ਹਦੇ ਨੇ। ਉਹ ਸਮਝਣ ਵਾਸਤੇ ਨਹੀਂ ਪੜ੍ਹਦੇ, ਵਿਰੋਧ ਕਰਨ ਵਾਸਤੇ ਪੜ੍ਹਦੇ ਨੇ। ਉਹ ਅੰਦਰ ਉਹਨਾਂ ਦੇ ਵਿਰੋਧ ਹੈ, ਵਿਰੋਧ ਕਰਨ ਵਾਸਤੇ ਪੜ੍ਹਦੇ ਨੇ, ਵਰਨਾ ਇਹਦੇ ਚ ਕੋਈ ਐਸੀ ਗੱਲ ਵਿਰੋਧ ਵਾਲੀ ਹੈ ਹੀ ਨਹੀਂ। ਤੇ ਚੰਗੀ ਗੱਲ ਇਹੀ ਹੈ ਸਿੱਖਾਂ ਨੂੰ, ਜੇ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ ਅਸੀਂ ਤੇ ਇਮਾਨਦਾਰੀ ਨਾਲ ਪੜ੍ਹੀਏ ਗੁਰਬਾਣੀ ਨੂੰ, ਇਮਾਨਦਾਰੀ ਨਾਲ ਸਮਝੀਏ, ਇਮਾਨਦਾਰੀ ਨਾਲ ਮੰਨੀਏ ਤੇ ਇਮਾਨਦਾਰ ਹੋ ਜਾਏਗੀ। ਤੇ ਇਮਾਨਦਾਰੀ ਨਾਲ ਪੜ੍ਹਾਂਗੇ, ਇਮਾਨਦਾਰੀ ਨਾਲ ਸਮਝਾਂਗੇ, ਇਮਾਨਦਾਰੀ ਨਾਲ ਮੰਨਾਂਗੇ ਤਾਂ ਇਮਾਨ ਤੇ ਆ ਜਾਂਗੇ, ਇਮਾਨਦਾਰ ਹੋ ਜਾਂਗੇ। ਵਰਨਾ ਬੇਈਮਾਨ ਤਾਂ ਹੈਗੇ ਹੀ ਹੋ। ਫਿਰ ਅਸੀਂ ਪੜ੍ਹਿਆ ਵੀ ਬੇਈਮਾਨੀ ਨਾਲ, ਸਮਝਿਆ ਵੀ ਬੇਈਮਾਨੀ ਨਾਲ, ਤੇ ਬੇਈਮਾਨੀ ਨੇ ਮੰਨਣ ਵੀ ਨਹੀਂ ਦਿੱਤਾ। ਫਿਰ ਉਹ ਲੈਵਲ ਲੱਗੂਗਾ। ਦੋਹਾਂ ਲੈਵਲਾਂ ਚੋਂ ਕਿਹੜਾ ਲੈਵਲ ਸਾਨੂੰ ਚਾਹੀਦਾ, ਕਿਹੜਾ ਨਹੀਂ ਚਾਹੀਦਾ, ਇਹ ਫੈਸਲਾ ਉਹਨਾਂ ਦੇ ਹੱਥ ਚ ਹੈ ਜਿਹੜੇ ਪੜ੍ਹਨ ਵਾਲੇ ਨੇ, ਮੰਨਣ ਵਾਲੇ ਨੇ, ਸੁਣਨ ਵਾਲੇ ਨੇ, ਸਮਝਣ ਵਾਲੇ ਨੇ। ਤੇ ਦੁਨੀਆ ਤਾਂ ਜਿਹੋ ਜਿਹਾ ਕਿਸੇ ਨੂੰ ਦੇਖਦੀ ਹੈ ਉਹ ਇਹਦਾ ਕਹਿ ਦਿੰਦੀ ਹੈ। ਜਫਰਨਾਮੇ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ, ਖੈਰ ਸਾਹਿਬ ਨੇ, ਆਪਣੇ ਜਿਹੜੇ ਚੀਫ ਜਸਟਿਸ ਸੀ ਸਾਬਕਾ, ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ। ਔਰ ਖੈਰ ਉਹ ਇਹ ਤਾਂ ਕੋਈ ਸ਼ੱਕੇ ਨਹੀਂ ਕਿ ਚੰਗੇ ਉਹ ਉਹਨਾਂ ਦੀ ਪੜ੍ਹਾਈ ਲਿਖਾਈ ਤੇ ਕਾਬਲੀਅਤ ਤੇ ਕਿਸੇ ਨੂੰ ਸ਼ੱਕ ਹੋ ਹੀ ਨਹੀਂ ਸਕਦੀ। ਤਾਂ ਏਡੇ ਬੜੇ ਦਿਮਾਗ ਵਾਲਾ, ਸਮਝ ਵਾਲਾ, ਬੁੱਧਵਾਨ ਆਦਮੀ ਜਦੋਂ ਜਫਰਨਾਮਾ ਪੜੂਗਾ ਉਹ ਸਮਝ ਲੈਂਦਾ ਸਾਰੀ ਗੱਲ ਸੋਚੀ। ਤੇ ਉਹਨਾਂ ਨੇ ਸਮਝ ਵੀ ਲਈ ਇਹ ਗੱਲ। ਜਫਰਨਾਮਾ ਅਸਲ ਦੇ ਵਿੱਚ ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ ਦਾ ਨਾਮ ਜਫਰਨਾਮਾ। ਜਫਰਨਾਮੇ ਦਾ ਮਤਲਬ ਫਤਿਹਨਾਮਾ ਹੁੰਦਾ, ਯਾਨੀ ਜਿੱਤ ਦੀ ਚਿੱਠੀ। ਹਾਲਾਂਕਿ ਜੇ ਦੁਨਿਆਵੀ ਲੈਵਲ ਤੋਂ ਅਸੀਂ ਲਈਏ ਤਾਂ ਦਸਮ ਪਾਤਸ਼ਾਹ ਦੀ ਜਿੱਤ ਨਹੀਂ ਹੋਈ ਤੇ ਹਾਰ ਹੋਈ ਆ। ਚਮਕੌਰ ਦੀ ਸਾਲ ਦੇ ਵਿੱਚ ਜਿਹੜੀ ਲੜਾਈ ਹੋਈ ਆ, ਅਸਲ ਦੇ ਵਿੱਚ ਇਹ ਲੜਾਈ ਨਹੀਂ ਸੀ। ਲੜਾਈ ਤਾਂ ਜਦ ਸੀ ਜਦ ਕਿਲੇ ਦੇ ਵਿੱਚ ਬੈਠੇ ਸੀ ਉੱਥੇ ਲੜਾਈ ਸੀ। ਕਿਲੇ ਦੇ ਵਿੱਚੋਂ ਫਲ ਲਿਆਉਂਦੇ ਜਿਵੇਂ ਬੰਦੇ ਬਹਾਦਰ ਨੇ ਹੱਥ ਖੜੇ ਕਰਕੇ ਬਾਹਰ ਆ ਗਿਆ, ਜਾਂ ਕਿਲੇ ਦੇ ਵਿੱਚ ਸਾਰਿਆਂ ਨੂੰ ਕਿਲਾ ਉਹ ਫਤਿਹ ਕਰ ਲੈਂਦੇ, ਸਾਰਿਆਂ ਨੂੰ ਸਰੈਂਡਰ ਕਰਦੇ ਜਾਂ ਸਾਰਿਆਂ ਨੂੰ ਉੱਥੋਂ ਸੀਲ ਕਰ ਦਿੰਦੇ, ਉਹ ਸੀ ਜਿੱਤ ਹਾਰ। ਜਦ ਉਹਨਾਂ ਨੂੰ ਨਿੰਦਾ ਕਰਕੇ ਉਹਨਾਂ ਨੂੰ ਬਾਹਰ ਕੱਢ ਲਿਆ, ਕਸਮਾਂ ਖਾ ਕੇ ਬਾਹਰ ਨਿਕਲ ਜਾਓ ਤੁਸੀਂ, ਕੋਈ ਲੜਾਈ ਨੀ, ਝਗੜਾ ਨੀ, ਅਸੀਂ ਤੁਹਾਨੂੰ ਕੁਛ ਨੀ ਕਹਿੰਦੇ। ਉਹਨੇ ਜ਼ਿੰਮੇਵਾਰੀ ਲੈ ਲਈ ਔਰੰਗਜ਼ੇਬ ਨੇ ਵੀ ਕੋਈ ਸਾਡੀ ਫੌਜ ਦਾ ਕੋਈ ਬੰਦਾ ਤੁਹਾਡੇ ਵੱਲ ਉਂਗਲ ਨਹੀਂ ਕਰ ਸਕੂਗਾ, ਮੇਰੀ ਜ਼ਿੰਮੇਵਾਰੀ ਹੈ, ਮੇਰੇ ਆਖਿਆ ਕੁਰਾਨ ਦੀ ਕਸਮ, ਮੈਂ ਖਾਨਾ ਨੇ ਮੇਰੇ ਵੀ ਹਫ਼ਤੇ ਕੋਈ ਕਾਜੀ ਭੇਜਿਆ ਉਹ ਕੁਰਾਨ ਦੀ ਕਸਮ ਖਾ ਰਿਹਾ, ਤੁਸੀਂ ਇਹਨੂੰ ਸੱਚ ਮੰਨ ਕੇ ਮੇਰੇ ਵੀ ਹਫ਼ਤੇ, ਮੈਂ ਬਹੁਤ ਦੂਰ ਹਾਂ, ਦੱਖਣ ਦੇ ਵਿੱਚ ਸੀ ਨਾ ਔਰੰਗਾਬਾਦ ਸੀ, ਉਹ ਦੂਰ ਸੀ, ਮੈਂ ਨੀ ਆ ਸਕਦਾ, ਤੇ ਤੁਸੀਂ ਕਿਰਪਾ ਕਰਕੇ ਕਿਲਾ ਛੱਡ ਦੋ, ਲੜਾਈ ਮੁੱਕ ਜਾਣ ਦੋ, ਇਹ ਜਿਹੜੀ ਲੜਾਈ ਚੰਗੀ ਨਹੀਂ ਹੁੰਦੀ। ਤੁਸੀਂ ਤਾਂ ਮਤਲਬ ਧਾਰਮਿਕ ਬੰਦੇ ਹੋ, ਧਾਰਮਿਕ ਬੰਦੇ ਤਾਂ ਲੜਦੇ ਹੀ ਨਹੀਂ ਹੁੰਦੇ, ਤੁਸੀਂ ਜਿੱਥੇ ਕਹੋਗੇ ਹਿੰਦੁਸਤਾਨ ਚ ਮੈਂ ਤਾਂ ਵਧੀਆ ਤੁਹਾਨੂੰ ਮਹਿਲ ਬਣਾ ਦੂਗਾ, ਔਰ ਸੇਫਟੀ ਉੱਥੇ ਦੀ ਜ਼ਿੰਮੇਵਾਰੀ ਮੇਰੇ ਜ਼ਿੰਮੇ ਰਹੂਗੀ ਤੁਹਾਡੀ ਰੱਖਿਆ ਦੀ। ਇਹ ਜਿਹੜੇ ਬਾਈ ਧਾਰੀਏ ਦੇ ਪੱਥਰ ਪੂਜਾ ਵਾਲੇ ਨੇ ਤੇ ਦੇਵੀ ਦੇਵਤੇ ਦੇ ਪੂਜਕ ਨੇ, ਇਹਨਾਂ ਦਾ ਇਲਾਕਾ ਛੱਡ ਦੋ। ਸਿਰਫ ਗੱਲ ਦਸਮ ਗ੍ਰੰਥ ਦੀ ਸੀ ਇੱਥੇ ਲੜਾਈ, ਉਹ ਦੇਵੀ ਦੇਵਤੇ ਸੀ ਉਹਨਾਂ ਦੇ ਬਣਾਏ, ਇਹਨਾਂ ਨੇ ਦੇਵੀ ਦੇਵਤਿਆਂ ਦਾ ਖੰਡਨ ਕਰਤਾ, ਸਾਰਾ ਗ੍ਰੰਥ ਹੀ ਪਛੜ ਕੇ ਲੈ ਗਿਆ। ਅਜਿਹੇ ਜੇ ਪੱਥਰ ਪੂਜਾ ਤੇ ਮੂਰਤੀ ਪੂਜਾ ਦੇ ਖਿਲਾਫ ਆ ਸਾਰਾ ਗ੍ਰੰਥ। ਜਿਹੜੇ ਲੋਕ ਦਸਮ ਗ੍ਰੰਥ ਦੀ ਖਿਲਾਫਤ ਕਰਦੇ ਨੇ ਅਸਲ ਚ ਅੰਦਰੋਂ ਪੱਥਰ ਪੂਜਕ ਨੇ, ਉਹ ਪਹਿਲਾਂ ਵੀ ਉਹ ਦਸਮ ਪਾਤਸ਼ਾਹ ਦੇ ਖਿਲਾਫ ਸੀ, ਅੱਜ ਵੀ ਖਿਲਾਫ ਨੇ।
ਉਹ ਸਾਰੇ ਗੁਰਮਤ ਦੇ ਖਿਲਾਫ ਸੀ। ਇਹਨਾਂ ਲੋਕਾਂ ਨੇ ਹੀ ਵੀਣੇ ਰਾਮਲੀ ਦੇ ਧੀਰ ਮੰਡੀਏ ਇਹ ਜਿਹੜੇ ਸੀ ਬਸੰਤ ਤੇ ਉਹ ਟੋਲਾ ਅੰਮ੍ਰਿਤਸਰ ਇਹਨਾਂ ਕੋਲ ਸੀ ਸੈਂਟਰ ਚੱਲਦਾ ਤੇ ਅਨੰਦਪੁਰ ਸਾਹਿਬ ਦਸਮ ਪਾਤਸ਼ਾਹ ਚਲਾ ਰਹੇ ਤੇ ਸਿੱਖੀ ਉਹ ਦਸਮ ਪਾਤਸ਼ਾਹ ਨੇ ਸਿੱਖੀ ਉਦੋਂ ਬਾਹਰ ਕੱਢ ਕੇ ਹਮਲਾ ਕਰਕੇ ਇਹਨਾਂ ਨੇ ਆਪਣੀ ਜਾਣੀ ਖਤਮ ਕਰਤੀ ਚਮਕੌਰ ਸਾਹਿਬ ਵੀ ਉਹ ਖਤਮ ਹੋ ਗਈ ਦੂਈ ਆਪਾਂ ਚਲਾਵਾਂਗੇ ਆ ਪਲਾਨ ਸੀ। ਇਸ ਕਰਕੇ ਜਦ ਕਿਲਾ ਛੱਡਤਾ ਉਹਨਾਂ ਨੇ ਹਮਲਾ ਕਰਤਾ ਕਰਾਤਾ ਹਮਲਾ ਕਰਵਾਇਆ ਵੀ ਇਹਨਾਂ ਨੂੰ ਖਤਮ ਹੀ ਕਰਦੀ ਆਪਾਂ ਇਹ ਬੇਈਮਾਨੀ ਸੀ ਇਹ ਲੜਾਈ ਨਹੀਂ ਸੀ। ਉਹ ਤੋਂ ਬਾਅਦ ਜਫਰਨਾਮਾ ਲਿਖਿਆ